जी अस्सलाम वालेकुम जी, मैं थोड़ा अपना होस्ट शाहिद जी भी थोड़ा जिन्ना लेट हो गया पहुँचे हाँ हवेलियाँ शहर के हवेलियाँ शहर असं पहुँचे हैं इस वेले मलिक फैसल ज्वेलर या अलावान ज्वेलर दोनों ही भाई जड़े ने मेरे ज्वेलर्स का काम करते हैं और असं इतने पहुँचे साढ़ा सोहना जहा इस्तकबाल भी होया वेलकम किया गया सानू तो बड़ा वधिया लग रहा पहुँच के गल करते हैं भाई निशान सिंह ने पहुँचे हुए साढ़े नाल ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਮਲਿਕ ਵੀਰ ਜੀ ਕੋਲ ਆਏ ਹਾਂ ਅਤੇ ਅੱਜ ਬਿਓਂਡ ਵਰਡਸ ਗੱਲ ਹੋ ਗਈ ਹੈ ਕਿ ਉਹਨਾਂ ਨੇ ਸਾਨੂੰ ਆਇਆਂ ਨੂੰ ਇੰਨਾ ਮਾਣ ਦਿੱਤਾ ਤੁਸੀਂ ਹਾਰ ਵੀ ਦੇਖ ਸਕਦੇ ਹੋ ਵੀਰ ਜੀ ਦੇ ਗੱਲ 'ਚ ਵੀ ਮੈਨੂੰ ਵੀ ਸਾਨੂੰ ਸਾਰੇ ਵੀਰਾਂ ਨੂੰ ਉਹਨਾਂ ਨੇ ਇੰਨਾ ਮਾਣ ਸਤਿਕਾਰ ਦਿੱਤਾ ਸਾਡੀ ਆਓ ਭਗਤ ਲਈ ਵੇਖੋ ਤੁਸੀਂ ਕਿੰਨਾ ਕੁਛ ਇੰਨੇ ਪਿਆਰ ਨਾਲ ਮਿਲੇ ਉਹ ਜਿਹੜੇ ਆ ਉਹ ਜਿੰਨੇ ਪਿਆਰ ਨਾਲ ਮਿਲੇ ਉਹ ਵਰਡਸ ਮੇਰੇ ਕੋਲ ਨਹੀਂ ਹੈਗੇ ਹਾਂ ਹੋਰ ਕਿਸੇ ਕੋਲ ਹੁਣ ਜੇ ਐਕਸਪਲੇਨ ਕਰ ਸਕਦਾ ਮੇਰੇ ਕੋਲ ਉਹ ਵਰਡਸ ਨਹੀਂ ਹੈਗੇ ਕਿ ਮੈਂ ਦੱਸ ਸਕਾਂ ਤੁਹਾਨੂੰ ਕਿ ਵੀ ਕਿੰਨੇ ਕੁ ਉਹਨਾਂ ਨੇ ਪਿਆਰ ਦੇ ਨਾਲ ਸਾਨੂੰ ਵੈਲਕਮ ਕੀਤਾ ਅਤੇ ਤੁਸੀਂ ਆਹ ਦੇਖ ਸਕਦੇ ਹੋ ਜੀ ਆਹ ਮੇਨ ਜਿਹੜੀ ਕੁਰਸੀ ਆ ਦੁਕਾਨ ਦੀ ਸਭ ਤੋਂ ਉੱਤੇ ਬਿਠਾ ਦਿੱਤਾ ਹਾਰ ਪਾ ਕੇ ਸਾਨੂੰ ਅਤੇ ਪੂਰਾ ਹਾਂਜੀ ਅਤੇ ਜਿਲਸ ਮਾਰਕੀਟ ਦੇ ਮੈਂ ਤੇ ਸ਼ੁਕਰ ਕਰਦਾ ਉਸ ਰੱਬ ਦਾ ਜਿਹਨੇ ਸਾਨੂੰ ਇਹ ਮੌਕਾ ਵੀ ਦਿੱਤਾ ਕਿ ਅਸੀਂ ਮਿਲ ਸਕੇ ਭਰਾ ਇੰਨੇ ਸਮੇਂ ਬਾਅਦ ਅਤੇ ਆਹ ਜਿਹੜਾ ਸਾਰਾ ਅਤੇ ਮੈਂ ਚਾਹੂੰਗਾ ਕਿ ਮੈਂ ਚਾਹੁੰਦਾ ਕਿ ਮਲਿਕ ਵੀਰ ਜੀ ਜ਼ਰੂਰ ਕੁਛ ਨਾ ਕੁਛ ਕਹਿਣ ਮਲਿਕ ਫੈਸਲ ਸ਼ੁਕਰੀਆ ਵੀਰ ਜੀ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਆਪਣੇ ਮਿੱਠੇ ਜਿਹੇ ਭਾਈ ਸ਼ਾਇਦ ਸ਼ਬੀਰ ਤੁਸਾਂ ਦਾ ਵੀ ਸ਼ੁਕਰੀਆ ਅਦਾ ਕਰਸਾਂ ਕਿ ਤੁਸਾਂ ਸਾਨੂੰ ਇਤਨੀਆਂ ਅਜ਼ੀਮ ਹਸਤੀਆਂ ਨਾਲ ਮਿਲਾਇਆ ਅਸੀਂ ਵੀ ਉਸ ਕਾਊਂਟਿੰਗ ਵਿੱਚ ਆ ਗਏ ਹਾਂ ਕਿ ਸਾਡੇ ਵੀਰ ਜੀ ਸਾਡੀ ਧਰਤੀ ਹਵੇਲੀਆਂ 'ਤੇ ਆਏ ਅਸੀਂ ਇਹਨਾਂ ਨੂੰ ਵੈਲਕਮ ਕਰਨੇ ਹਾਂ ਔਰ ਦਿਲ ਦੀ ਅਥਾਹ ਗਰਾਈਆਂ ਨਾਲ ਜੀ ਆਇਆਂ ਨੂੰ ਕਹਿੰਦੇ ਹਾਂ ਕਿ ਸਾਡੇ ਕੋਲ ਇਹਨਾਂ ਨੇ ਹਾਜ਼ਰ ਹੋ ਕੇ ਸਾਡੀ ਹੌਸਲਾ ਅਫਜ਼ਾਈ ਕੀਤੀ ਹੈ ਔਰ ਅਸੀਂ ਇਸ ਮੌਕੇ 'ਤੇ ਇਨਸ਼ਾਅੱਲਾ ਇਹ ਪੈਗਾਮ ਦੇਣਾ ਚਾਹਾਂ ਕਿ ਸਾਡਾ ਇਹ ਸ਼ਾਇਦ ਸ਼ਬੀਰ ਬਾਈ ਹੋ ਗਏ ਸਾਡੇ ਦੂਏ ਵੀਰ ਜੀ ਸਦਾਮ ਸਿੰਘ ਬਾਈ ਸਾਡੇ ਖਾਨ ਸਾਹਿਬ ਅਤੇ ਜਿੰਨੇ ਵੀ ਸਾਡੇ ਭਾਈ ਸਾਡੇ ਕੋਲ ਆਏ ਜੀ ਸਾਡੀ ਇੱਜ਼ਤ ਹੋਈਏ ਅਤੇ ਅਸੀਂ ਇਨਸ਼ਾਅੱਲਾ ਇਹਨਾਂ ਵੈਲਕਮ ਕਰਨੇ ਔਰ ਅਸੀਂ ਇਸ ਮੌਕੇ 'ਤੇ ਅਮਨ ਦਾ ਪੈਗਾਮ ਦੇਣਾ ਬਹੁਤ ਜ਼ਰੂਰੀ ਸਮਝਾਂਗੇ ਕਿ ਸਾਡਾ ਇਹ ਭਾਈ ਅਮਨ ਦਾ ਸਫੀਰ ਇਹ ਮਲੰਗ ਜਿਹਾ ਬੰਦਾ ਤੁਹਾਡੇ ਲਈ ਕੁਝ ਨਾ ਕੁਝ ਸਰਚ ਕਰਦਾ ਹੀ ਰਹਿੰਦਾ ਅਸੀਂ ਵੀ ਇਸ 'ਤੇ ਦਸਤੇ ਦਰਾਸਤ ਹੋ ਜਾਂਦੇ ਹਾਂ ਜੇ ਕਦੇ ਇਹਦਾ ਹਜ਼ਾਰੇ ਵੱਲ ਚੱਕਰ ਲੱਗੇ ਤਾਂ ਅਸੀਂ ਇਨਸ਼ਾਅੱਲਾ ਇਸ ਮੌਕੇ 'ਤੇ ਇੱਕ ਵਾਰ ਫਿਰ ਮੈਂ ਇੰਤਹਾਈ ਮਸ਼ਕੂਰ ਹਾਂ ਆਪਣੇ ਵੀਰ ਜੀ ਦਾ ਔਰ ਆਪਣੇ ਸਦਾਮ ਸਿੰਘ ਸਰਕਾਰ ਦਾ ਔਰ ਸਾਡੇ ਦੂਏ ਭਾਈ ਜਿਹੜੇ ਸਾਡੇ ਕੋਲ ਆਏ ਸਾਡੀ ਇੱਜ਼ਤ ਹੋਈਏ ਅਤੇ ਇਨਸ਼ਾਅੱਲਾ ਸਾਡੀ ਅਤਲ ਵਸਾ ਕੋ ਟੋਪੀਏ ਸਾਡੀ ਹਾਂਜੀ ਸੋਰੀ ਡਿਸਕਨੈਕਟ ਹੋ ਗਿਆ ਥਾ ਅਤੇ ਮੈਂ ਫਿਰ ਸ਼ਾਇਦ ਬਾਈ ਹੁਣ ਮੈਂ ਫਿਰ ਤੁਹਾਨੂੰ ਇੱਕ ਵਾਰ ਫਿਰ ਸ਼ੁਕਰੀਆ ਹੀ ਅਦਾ ਕਰਾਂਗਾ ਕਿ ਤੁਸੀਂ ਸਾਡੇ ਵੱਲ ਆਏ ਹੋ ਅਤੇ ਅਸੀਂ ਇਸ ਮੌਕੇ 'ਤੇ ਪੈਗਾਮ ਦੁਬਾਰਾ ਦੇਣਾ ਚਾਹਾਂਗੇ ਕਿ ਅਸੀਂ ਆਪਸ ਵਿੱਚ ਭਾਈ ਭਾਈ ਹਾਂ ਸਾਡੇ ਅਬਾਓ ਅਜਦਾਦ ਤਾਰੀਖੀ ਲਿਹਾਜ਼ ਵਿੱਚ ਮਤਲਬ ਇੱਥੇ ਇਹਨਾਂ ਦੇ ਅਬਾਓ ਅਜਦਾਦ ਸਾਡੇ ਨਾਲ ਉਸ ਵਕਤ 'ਤੇ ਸਾਰਾ ਕੁਝ ਇੱਕ ਭਾਈਬੰਦੀ ਸੀ ਅਤੇ ਅਸੀਂ ਇਹ ਪੈਗਾਮ ਰਿਲੀਜ਼ ਕਰਾਂਗੇ ਕਿ ਇਨਸ਼ਾਅੱਲਾ ਸਾਡੇ 'ਤੇ ਕੋਈ ਵੱਖ ਵੇੜ ਨਹੀਂ ਇਹਨਾਂ ਦਾ ਆਪਣਾ ਹਿਸਾਬ ਕਿਤਾਬ ਹੈ ਅਸਾਂ ਕੋਲ ਆਉਣ ਜਮ ਆਉਣ ਅਸੀਂ ਇਹਨਾਂ ਨੂੰ ਵੈਲਕਮ ਕਰਾਂਗੇ ਅਸੀਂ ਦਿਲ ਦੀ ਅਥਾਹ ਗਹਿਰਾਈਆਂ ਨਾਲ ਹਰ ਕਦੇ ਆਹਾਂਗੇ ਜੀ ਬਿਸਮਿਲ੍ਲਾ ਜੀ ਹਰ ਕਦੇ ਨੂੰ ਅਸੀਂ ਆਪਣੀ ਜ਼ਬਾਨ ਹਰ ਕਦੇ ਆਓ ਜੀ ਵੈਲਕਮ ਟੂ ਹਜ਼ਾਰਾ ਵੈਲਕਮ ਟੂ ਹਵੇਲੀਆਂ ਜਿਸ ਵਕਤ ਵੀ ਆਓਗੇ ਤਾਂ ਸਾਡਾ ਦਿਲ ਕੁਸ਼ਾਦਾ ਹੀ ਪਾਓਗੇ ਜੀ ਅਸੀਂ ਤੁਹਾਡੇ ਤਾਬੇਦਾਰ ਅਸੀਂ ਤੁਹਾਡੇ ਬੱਚਿਆਂ ਦੇ ਤਾਬੇਦਾਰ ਬਹੁਤ ਸ਼ੁਕਰੀਆ ਜੀ ਥੈਂਕ ਯੂ ਹਾਂਜੀ ਵੀਰ ਜੀ ਇਹ ਸਨ ਸਾਡੇ ਵੀਰ ਮਲਿਕ ਫੈਸਲ ਅਵਾਨ ਮੈਂ ਸਾਰੇ ਵੀਰਾਂ ਨੂੰ ਇਹੀ ਐਡ ਕਰਾਂਗਾ ਕਿ ਇਹ ਗੱਲਾਂ ਜਿਹੜੀਆਂ ਇਹ ਸਿਰਫ ਵਰਡਸ ਨਹੀਂ ਸੀਗੇ ਉਹਨਾਂ ਨੇ ਕੀਤਾ ਸਾਡੇ ਨਾਲ ਸਾਨੂੰ ਜਿਹੜਾ ਮਾਣ ਉਹਨਾਂ ਨੇ ਦਿੱਤਾ ਹੈ ਉਹ ਜਿਵੇਂ ਮੈਂ ਅੱਗੇ ਕਿਹਾ ਕਿ ਮੇਰੇ ਕੋਲ ਵਰਡਸ ਨਹੀਂ ਹੈਗੇ ਕਿ ਇੰਨੇ ਪਿਆਰ ਦੇ ਨਾਲ ਉਹਨਾਂ ਨੇ ਸਾਨੂੰ ਇੱਥੇ ਰਿਸੀਵ ਕੀਤਾ ਅਤੇ ਜਿਵੇਂ ਅਸੀਂ ਬਹੁਤ ਲੰਬੇ ਸਮੇਂ ਦੇ ਵਿਛੜੇ ਭਰਾ ਹੁੰਦੇ ਹਾਂ ਉਹ ਹੀ ਸਾਨੂੰ ਮਾਣ ਪਿਆਰ ਦਿੱਤਾ ਅਤੇ ਮੈਂ ਸਿਰਫ ਇਸ ਕਰਕੇ ਤੁਹਾਨੂੰ ਦਿਖਾ ਰਿਹਾ ਕਿ ਇਹ ਇੱਥੋਂ ਦੀ ਸਹੀ ਮਹਿਮਾਨ ਨਵਾਜ਼ੀ ਆ ਔਰ ਇੱਦਾਂ ਹੀ ਕਰਦੇ ਆ ਜਿਹੜਾ ਕਿ ਦੂਜਿਆਂ ਨੂੰ ਵੀ ਇੱਕ ਪੈਗਾਮ ਜਾਂਦਾ ਵਾ ਕਿ ਉਹ ਵੀ ਇੱਥੇ
ਜਦੋਂ ਮਰਜ਼ੀ ਆ ਸਕਦੇ ਆਪਣੇ ਦਿਲਾਂ ਦੇ ਜਿਹੜੇ ਡਾਊਟਸ ਨੂੰ ਖਤਮ ਕਰਕੇ, ਅਤੇ ਮੈਂ ਸ਼ਾਹਿਦ ਸ਼ਬੀਰ ਵੀਰ ਜੀ ਨੂੰ ਕਹਾਂਗਾ ਕਿ ਉਹ ਜ਼ਰੂਰ ਕੁਛ ਨਾ ਕੁਛ ਕਹਿਣ। ਤੁਸੀਂ ਪਕੌੜੇ ਛੱਕ ਲਓ। ਹਾਂਜੀ ਜੀ, ਠੀਕ ਹੈ ਜੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ। ਹਰ ਕਦੇ ਆਓ ਹਜ਼ਾਰਾ, ਤੁਸਾਂ ਕੋਲ ਅਸਾਂ ਜੀਆਂ ਨੂੰ ਆਖਦੇ ਹਾਂ ਜੀ ਹਜ਼ਾਰੇ ਵਿੱਚ। ਅਤੇ ਮੈਂ ਹੀ ਕਹਾਂਗਾ ਪੰਜਾਬ ਦਾ ਉਹ ਵਾਲਾ ਅਟੂਟ ਅੰਗ ਜਿਹੜਾ ਕਿ 1901 ਦੇ ਵਿੱਚ ਵੱਖ ਕਰ ਦਿੱਤਾ ਗਿਆ, ਜਿਹਨੂੰ ਕਿ ਹਿੰਦ ਕੋ ਬੈਲਟ ਕਿਹਾ ਜਾਂਦਾ। ਨਾਲ ਹੀ ਹਿਮਾਲਿਆ ਜਿਹੜੀ ਹੈ ਉਹਦੀ ਬੇਸ ਹੈ, ਹਿਲ ਸਟੇਸ਼ਨਸ, ਫਿਰ ਉਸ ਤੋਂ ਬਾਅਦ ਮਰੀ ਆ ਜਾਂਦੀ, ਗਲੀਆਤ ਆ ਜਾਂਦੀਆਂ ਨੇ, ਅੱਗੇ ਐਫਟਾਬਾਦ ਆ ਜਾਂਦਾ, ਔਰ ਮਾਨ ਸਿੰਘ ਦੇ ਨਾਮ 'ਤੇ ਵਸਾਇਆ ਗਿਆ ਸ਼ਹਿਰ ਮਾਨਸੇਰਾ ਵੀ ਆਉਂਦਾ। ਅਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ। ਕੀਪ ਇਨ ਟੱਚ ਵੀਰ ਜੀ, ਆਪਣੀ ਪੂਰੀ ਜਿਹੜੀ ਇੱਥੇ ਦੀ ਕਰਵਾਇਤ ਹੈ ਇਹਨਾਂ ਦੀ, ਜਦੋਂ ਇਹਨਾਂ ਕੋਲ ਕੋਈ ਆਉਂਦੇ ਨੇ ਅਤੇ ਇੱਕ ਆਪਣਾ ਭਰਾ ਬਣਾ ਕੇ ਫਿਰ ਉਹਨੂੰ ਬਕਾਇਦਾ ਤੌਰ 'ਤੇ, ਅੱਜ ਤੋਂ 3 ਸਾਲ ਪਹਿਲੇ ਉਹ ਚਾਦਰ ਮੇਰੇ ਵੀ ਗਲੇ 'ਚ ਪਾਈ ਗਈ ਸੀ, ਉਹ ਟੋਪੀ ਵੀ ਮੈਨੂੰ ਦਿੱਤੀ ਗਈ ਸੀ। ਠੀਕ ਹੈ ਜੀ, ਸਮਝ ਲਓ, ਇੱਕ ਕਹਿੰਦੇ ਨੇ ਕਿ ਜਿਹਨੂੰ ਚਾਦਰ ਦੇ ਦਿੱਤੀ ਜਾਂਦੀ ਹੈ ਉਹ ਘਰ ਦੀ ਇੱਜ਼ਤ ਦਾ ਭਾਈਵਾਲ ਹੁੰਦਾ। ਇਹ ਘੱਟ ਲੋਕਾਂ ਨੂੰ ਪਤਾ, ਜਿਹੜਾ ਕਿਸੇ ਦੇ ਕੋਲੋਂ ਤੁਸੀਂ ਚਾਦਰ ਜਿਹੜੀ ਤੁਹਾਨੂੰ ਕੋਈ ਪਾ ਦਿੰਦਾ ਹੈ, ਪੰਜਾਬ ਦੇ ਵਿੱਚ ਤਾਂ ਬਹੁਤ ਅੱਛੇ ਤਰੀਕੇ ਨਾਲ ਇਸ ਗੱਲ ਨੂੰ ਸਮਝਿਆ ਜਾਂਦਾ ਕਿ ਫਲਾਣੇ ਨੇ ਫਲਾਣੇ 'ਤੇ ਚਾਦਰ ਪਾ ਦਿੱਤੀ, ਯਾਨੀ ਕਿ ਉਹਨੇ ਆਪਣੇ ਘਰ ਦਾ ਪਰਦਾ ਸਾਰਾ ਉਹਦੇ 'ਤੇ ਰੱਖ ਦਿੱਤਾ। ਠੀਕ ਹੈ ਜੀ, ਚਾਦਰ ਦਾ ਮਕਸਦ ਇਹ ਹੁੰਦਾ। ਔਰ ਚਾਦਰ ਦਾ ਇੱਕ ਹੋਰ ਚੀਜ਼ ਵੀ ਹੈ, ਦੂਸਰੀ ਚਾਦਰ ਨਾ ਸਮਝੀ ਜਾਏ, ਇਹ ਚਾਦਰ ਜਿਹੜੀ ਹੈ ਭਰਾ ਬੰਦੀ ਦੀ ਚਾਦਰ ਹੁੰਦੀ ਹੈ, ਲੋਈ ਵਟਾਣਾ ਵੀ ਕਹਿੰਦੇ ਆ ਇਹਨੂੰ। ਲੇਕਿਨ ਨਾਲ ਦੀ ਨਾਲ ਇੱਕ ਸਿਰ 'ਤੇ ਟੋਪੀ ਰੱਖਣੀ ਅਤੇ ਮੋਢੇ 'ਤੇ ਚਾਦਰ ਰੱਖਣੀ, ਗਲ 'ਚ ਚਾਦਰ ਪਾਉਣੀ, ਜਿੱਦਾਂ ਕਿ ਆਪਾਂ ਸਰੋਪੇ ਪਾਈਦੇ ਆ, ਸਰੋਪਿਆਂ ਦੇ ਨਾਲ ਗਰਮ ਚਾਦਰ ਵੀ ਦਿੰਦੇ। ਬਿਲਕੁਲ ਸੇਮ ਟਰਡੀਸ਼ਨ ਹੈ ਕਿ ਜਦੋਂ ਕੋਈ ਗੈਸਟ ਆਉਂਦਾ, ਖਾਸ ਗੈਸਟ ਆਉਂਦਾ, ਤਾਂ ਉਹਦੇ ਵਾਸਤੇ ਪ੍ਰਬੰਧ ਕੀਤਾ ਜਾਂਦਾ। ਅਤੇ ਭਾਅ ਜੀ ਨੇ ਜਦੋਂ ਸਾਨੂੰ ਦੇਖਿਆ ਕਿ ਅਸੀਂ ਆ ਰਹੇ ਹਾਂ, ਔਰ ਇਹਨਾਂ ਨੇ ਕਿਹਾ ਕਿ ਵੀ ਇੱਥੇ ਜ਼ਰੂਰ ਲੈ ਕੇ ਆਇਓ, ਪਹਿਲੇ ਵੀ ਮੈਨੂੰ ਕਿਹਾ ਸੀ ਕਿ ਜਦੋਂ ਵੀ ਪਾਕਿਸਤਾਨ ਕੋਈ ਵੀ ਸਰਦਾਰ ਤੁਹਾਡਾ ਗੈਸਟ ਕੋਈ ਪਹੁੰਚਦਾ, ਅਤੇ ਵੀਰ ਜੀ ਕਿਉਂਕਿ ਮੈਂ ਜਦੋਂ ਜਦੋਂ USA ਗਿਆ, ਆਸਟ੍ਰੇਲੀਆ ਗਿਆ, ਅਤੇ ਮਲੇਸ਼ੀਆ ਗਿਆ, ਇਹਨਾਂ ਨੂੰ ਯਾਦ ਕਰਦਾ ਰਹਿੰਦਾ ਸੀ ਉੱਥੇ ਮੈਂ। ਅਤੇ ਪਲੀਜ਼ ਤੁਸੀਂ ਉਹ ਜਿਹੜੀ ਥੋੜ੍ਹੀ ਜਿੰਨੀ ਅਸੀਂ ਰਸਮ ਤੁਹਾਨੂੰ 1 ਮਿੰਟ ਬਾਅਦ ਦਿਖਾਉਂਦੇ ਹਾਂ ਜੀ, ਕਿ ਉਹ ਜਿਹੜੀ ਰਸਮ ਕੀਤੀ ਜਾਂਦੀ ਹੈ ਉਹ ਬਕਾਇਦਾ ਰਸਮ ਅੱਜ ਵੀ ਸਦੀਆਂ ਤੋਂ ਚੱਲੀ ਆਈ ਟਰੈਡੀਸ਼ਨ ਜਿਹੜੀ ਹੈ ਨੌਰਥ ਵੈਸਟ ਵਿੱਚ, ਅੱਜ ਵੀ ਉਹ ਬਾਕੀ ਹੈ। ਲੋਕਾਂ ਦਾ ਉਹ ਪਿਆਰ, ਲੋਕਾਂ ਦੀ ਉਹ ਮੁਹੱਬਤ, ਜੇ ਤੁਸੀਂ ਕਿਤੇ ਵੀ ਜਾਓ, ਕਿਤੇ ਵੀ ਦੇਖੋ, ਜਾ ਕੇ ਤੁਹਾਨੂੰ ਉਹ ਮਿਲੇਗੀ। ਔਰ ਮੁਹੱਬਤ ਜਿਹੜੀ ਹੈ, ਕਹਿੰਦੇ ਆ ਕਿ ਵੰਡਿਆਂ ਨਹੀਂ ਵੰਡੀ ਜਾਂਦੀ, ਖੋਇਆਂ ਖੋਈ ਨਹੀਂ ਜਾਂਦੀ। ਲੇਕਿਨ ਤੁਸੀਂ ਦੇਖੋ ਆਹ ਜਿਹੜੇ ਸਾਡੇ ਵੀਰ ਜੀ ਸੇਮ ਜਿਹੜੀ ਹੈ ਉਹ ਦਸਤਾਰ ਜਿਹੜੀ ਹੈ ਉਹਨਾਂ ਦੇ ਗਲ ਵਿੱਚ ਪਾਉਣਗੇ, ਚਾਦਰ ਜਿਹੜੀ ਹੈ ਉਹ ਪਾਈ ਜਾਏਗੀ ਇਹਨਾਂ ਨੂੰ, ਜਿਹੜੀ ਕਿ ਕਿਹਾ ਜਾਂਦਾ ਇੱਕ ਨੌਰਥ ਵੈਸਟ ਦੀ ਜਿਹੜੀ ਇੱਕ ਪਹਿਚਾਣ ਹੈ। ਬਿਲਕੁਲ ਸੇਮ ਉਸੇ ਤਰੀਕੇ ਨਾਲ ਇਹਨਾਂ ਦੇ ਗਲ ਵਿੱਚ ਉਹ ਚਾਦਰ ਪਾਉਣਗੇ, ਲੋਈ ਜਿਹਨੂੰ ਕਿਹਾ ਜਾਂਦਾ। ਲਓ ਜੀ, ਫਤਿਹ ਬੁਲਾ ਦਿਓ ਜੀ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਇਹ ਸਾਡੀ ਜਿਹੜੀ ਮੁਹੱਬਤ ਹੈ, ਜਿਹੜਾ ਸਾਡਾ ਪਿਆਰ ਹੈ, ਕਹਿ ਲਵੋ ਤੁਸੀਂ ਸਿੱਖ ਮੁਸਲਿਮ ਮੁਹੱਬਤ ਜਿਹੜੀ ਹੈ, ਜਿਹਦੀ ਗੱਲ ਅਸੀਂ ਗੱਲ ਕਰਨੇ ਹਾਂ ਜਾਂ ਜਿਹਦਾ ਪ੍ਰਚਾਰ ਕਰਨੇ ਹਾਂ। ਖਾਨ ਸਾਹਿਬ ਨੇ ਵੀ ਜਿਹੜਾ ਕਿਹਾ, ਇਮਰਾਨ ਖਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ ਕਿ ਬਈ ਆਹ ਜੀ ਟੋਪੀ ਵੀ ਬਕਾਇਦਾ ਤੌਰ ਦੇ ਉੱਤੇ ਜਿਹੜੀ ਹੈ, ਟੋਪੀ ਜਿਹੜੀ ਹੈ ਇੱਕ ਮਾਣ ਹੁੰਦਾ ਇੱਥੇ ਦਾ, ਸਿਰ 'ਤੇ ਰੱਖੀ ਜਾਂਦੀ ਹੈ। ਲੇਕਿਨ ਸਰਦਾਰ ਦੇ ਸਿਰ 'ਤੇ ਆਲਰੇਡੀ ਹੀ ਜਿਹੜੀ ਹੈ ਗੁਰੂ ਦੀ ਸਜਾਈ ਹੋਈ ਪੱਗ ਹੈ, ਇਸ ਵਾਸਤੇ ਜਿਹੜਾ ਹੈ ਇਹ ਸਮਝ ਲਓ ਸਿਰ 'ਤੇ ਹੀ ਪੈ ਗਈ ਹੈ, ਕਿਉਂਕਿ ਦਸਤਾਰ ਜਿਹੜੀ ਹੈ। ਅਤੇ ਭਾਅ ਜੀ ਬਹੁਤ ਇਮੋਸ਼ਨਲ ਲੱਗ ਰਿਹਾ ਮੈਨੂੰ ਇਸ ਵੇਲੇ, ਔਰ ਹਾਂਜੀ ਜਦੋਂ ਭਰਾ ਬਣਾ ਲਿਆ ਤੇ ਇਹ ਵੀ ਹੈ ਨਾਲ ਮੇਰੇ ਵੱਲੋਂ ਵੀ ਵਾਦਾ, ਜ਼ਿੰਦਗੀ ਚ ਕਦੀ ਵੀ ਮੇਰੀ ਲੋੜ ਪਵੇ ਤੁਸੀਂ ਜਾਨ ਹਾਜ਼ਰ ਹੈ, ਫੈਮਿਲੀ ਆ ਉਹ ਤੁਸੀਂ ਮਤਲਬ ਕਰੇ ਜ਼ਿੰਦਗੀ ਦੇ ਮਹਿਲਾ ਹੋਵੇ ਅਸੀਂ ਇਨਸ਼ਾਅੱਲਾ। ਭਾਈ ਕਹਿ ਦਿੱਤਾ ਨਾ ਜੀ, ਬਸ ਅਸਾਂ ਨੇ ਆਪਣੀ ਰਵਾਇਤ ਤੁਹਾਡੀ ਨਜ਼ਰ ਕਰ ਦਿੱਤੀ ਹੈ, ਸਾਡੇ ਵੱਲੋਂ ਵੀ ਜਾਨ ਹਾਜ਼ਰ ਹੈ, ਇਹ ਸਾਡੀ ਇੱਜ਼ਤ ਹੁੰਦੀ ਹੈ, ਅਸਾਂ ਮਤਲਬ ਇਸ ਵਿੱਚ ਤੁਸੀਂ ਸ਼ਰੀਕ ਠਹਿਰਾਇਆ, ਬਸ ਇਹ ਸਾਡੀ ਇੱਕ ਰਵਾਇਤ ਹੈ, ਸਾਡਾ ਰਾਜ ਹੈ, ਹੋਰ ਵੀ ਅਸੀਂ ਕਰਨਾ ਚਾਹੁੰਦੇ ਹਾਂ। ਹਾਂਜੀ, ਹੋਰ ਉਹਨਾਂ ਦੀ ਕੋਈ ਪੁਰਾਤਨ ਆਪਣੀ ਕੋਈ ਟਰੈਡੀਸ਼ਨ ਹੈ, ਇੱਥੇ ਦੀ ਜਿਹੜੀ ਫੈਮਿਲੀਜ਼ ਨੇ ਉਹ ਜਿੱਦਾਂ ਕਰਦੇ ਆ, ਉਹ ਮਾਨ ਸਨਮਾਨ ਕਰਦੇ ਆ ਘਰ ਆਏ ਪ੍ਰਾਹੁਣੇ ਦਾ, ਸਾਡੇ ਭਾਬੀ ਲਈ
ਵੀਰੋ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਸ਼ਬਦ ਤੇ ਮੇਰੇ ਕੋਲ ਪਹਿਲਾਂ ਜਦੋਂ ਇੱਥੇ ਮੈਂ ਵੜਿਆ ਸੀਗਾ ਉਦੋਂ ਹੀ ਮੁੱਕ ਗਏ ਸੀਗੇ, ਉਸ ਤੋਂ ਬਾਅਦ ਚ ਹਾਰ ਪਿਆ ਉਦੋਂ ਵੀ ਮੁੱਕੇ ਰਹੇ ਮੇਰੇ ਕੋਲ, ਉਹਨਾਂ ਨੇ ਬਿਠਾਇਆ ਇੰਨੇ ਸਤਿਕਾਰ ਨਾਲ, ਮੇਰੇ ਕੋਲ ਕੋਈ ਵਰਡ ਨਹੀਂ ਆਏ, ਤੇ ਜਿਹੜੇ ਵੀ ਆ ਸਾਰੀਆਂ ਜਿੰਨਾ ਵੀ ਇਹਨਾਂ ਨੇ ਸਤਿਕਾਰ ਦਿੱਤਾ, ਮੇਰੇ ਕੋਲ ਇਹ ਜਿਹੜੀ ਇਹਨੂੰ ਵਰਡਸ ਨਹੀਂ ਹੈਗੇ। ਤੇ ਮੈਂ ਜਿਹੜੀ ਆ ਸਿਰ ਦੀ ਚਾਦਰ ਆ, ਯਾਨੀ ਕਿ ਤੁਹਾਨੂੰ ਭਰਾ ਕਿਹਾ ਤੇ ਉਹਨਾਂ ਨੂੰ ਭੈਣ ਕਿਹਾ, ਸਾਡੀ ਭੈਣ ਹੋ ਗਈ ਜੀ, ਇਹ ਦੱਸਿਆ ਜੀ ਭਰਜਾਈ ਜੀ ਲਈ। ਦੱਸੋ ਜੀ, ਮਤਲਬ ਕਿ ਖਾਲੀ ਤੁਹਾਨੂੰ ਭਰਾ ਨਹੀਂ, ਇਹ ਵੀ ਸਾਡੇ ਭਾਈ ਨਾਲ ਆਏ ਦਿਨ ਜੀ, ਅਸੀਂ ਇਹਨਾਂ ਦੇ ਨਾਲ ਸਭ ਤੋਂ ਬੱਚੇ ਕਰਾਂਗੇ। ਹਾਂ ਜੀ ਭਾਜੀ, ਸਾਡੇ ਨਾਲ ਸਦਾਮ ਭਾਜੀ ਆਏ ਆ, ਸਦਾਮ ਸਿੰਘ ਭਾਜੀ ਨਾਲ ਆਏ ਨੇ, ਉਹਨਾਂ ਨੂੰ ਵੀ ਬਕਾਇਦਾ ਤੌਰ ਤੇ ਉਹਨਾਂ ਨੇ ਟੋਪੀ ਦੇ ਕੇ ਭਰਾਬੰਦੀ ਦਾ ਪੂਰਾ ਇਜ਼ਹਾਰ ਕੀਤਾ ਆਪਣਾ ਜੀ, ਪੂਰੀ ਮੁਹੱਬਤ ਦਿੱਤੀ ਹੈ ਉਹਨਾਂ ਨੇ, ਜਿਹੜਾ ਕਿ ਬਹੁਤ ਘੱਟ ਦੇਖਣ 'ਚ ਆਉਂਦਾ, ਕਿਉਂਕਿ ਹਰ ਕਿਸੇ ਨੂੰ ਇਹ ਸ਼ਰਫ ਨਹੀਂ ਹਾਸਲ ਹੁੰਦਾ। ਆਹ ਲਓ ਜੀ, ਆਹ ਜਿਹੜੇ ਬਕਾਇਦਾ ਤੌਰ 'ਤੇ ਜਿਹੜੇ ਹੈ, ਇਹਨਾਂ ਨੂੰ ਤਾਂ ਇਹਨਾਂ ਦਾ ਟ੍ਰੈਡੀਸ਼ਨ ਪਤਾ, ਭਾਈ ਅਬਦੁਲ ਰਹੀਮ ਸਾਹਿਬ ਇਹ ਤਾਂ ਖਾਨ ਨੇ, ਇਹਨਾਂ ਨੂੰ ਪਠਾਨਾਂ ਨੂੰ ਪਤਾ ਬਿਲਕੁਲ ਵੀ ਕਿਸ ਤਰੀਕੇ ਨਾਲ ਕੀਤਾ ਜਾਂਦਾ ਔਰ ਕਿਸ ਤਰੀਕੇ ਨਾਲ ਇਜ਼ਹਾਰ ਕੀਤਾ ਜਾਂਦਾ। ਲਓ ਜੀ, ਸਾਡੇ ਵੀਰਾਂ ਦੀ ਮਹਿਮਾਨ ਨਵਾਜੀ ਤੁਸੀਂ ਦੇਖ ਹੀ ਰਹੇ ਆ, ਹੁਣ ਇਹਨੂੰ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਤੇ ਉਹ ਕੋਈ ਬਹੁਤੀ ਸਿਆਣਪ ਨਹੀਂ ਹੋਏਗੀ, ਸਾਰਾ ਕੁਛ ਤੁਹਾਡੇ ਸਾਹਮਣੇ ਹੋ ਰਿਹਾ ਦੇਖੋ ਜੀ। ਇਹ ਸਾਰੀਆਂ ਤੁਹਾਡੀਆਂ ਕੋਸ਼ਿਸ਼ਾਂ ਨੇ ਕਿ ਸਾਨੂੰ ਵੀਰ ਜੀ ਮਿਲਾਇਆ, ਇਹ ਤੁਹਾਡਾ ਜੀ, ਥੈਂਕ ਯੂ। ਉਸ ਤੋਂ ਬਾਅਦ ਔਰ ਬਸ ਕਰੋ ਨਾ ਜੀ, ਬਹੁਤ ਹੋ ਗਿਆ, ਕੰਮ ਵੱਡਾ ਹੋ ਗਿਆ ਨਾ, ਮਤਲਬ ਹੁਣ ਸਾਡੇ ਵੀਰ ਜੀ ਆਏ ਤਾਂ ਨਾ ਜੀ, ਹਾਂਜੀ ਕੰਮ ਵੱਡਾ ਹੋ ਗਿਆ, ਤੁਸੀਂ ਆਪਣਾ ਆ ਸਕਦੇ ਹੋ ਜੀ, ਗੱਲ ਵਿੱਚ ਪਤਾ ਚੱਲੇ ਨਾ ਜੀ, ਹਾਂਜੀ ਉੱਥੇ ਰੁਕੋ ਮੈਂ ਜਾਣਾ, ਲੇਕਿਨ ਸਰ ਆ ਇੱਕ ਮਿੰਟ ਜ਼ਰੂਰ ਫੜਿਓ ਤੁਸੀਂ, ਤੇ ਵੀਰ ਜੀ ਮੇਰੇ ਕੋਲ ਆਉਣਾ ਜ਼ਰਾ, ਮੈਂ ਵੀ ਕੁਛ ਕਰਨਾ ਚਾਹੁੰਦਾ, ਮੈਂ ਹੋਰ ਕੁਛ ਤਾਂ ਲੈ ਕੇ ਨਹੀਂ ਆਇਆ। ਲਓ ਜੀ, ਬਹੁਤ ਮੁਹੱਬਤਾਂ ਪਿਆਰ ਦੇਖ ਲਓ ਜੀ, ਸਤਿਕਾਰਯੋਗ ਗੁਰੂ ਪਿਆਰੀ ਸੰਗਤ ਜੀ, ਤੁਸੀਂ ਦੇਖ ਲਓ ਇੱਕ ਪਾਸੇ ਜਿੱਥੇ ਲੜਾਈ ਦੀਆਂ ਗੱਲਾਂ ਹੁੰਦੀਆਂ ਨੇ, ਸੰਗਤਾਂ 'ਚ ਆਪਸ 'ਚ ਪੰਜਾਬੀ ਸੰਗਤ ਦਾ ਪਿਆਰ ਕਿੰਨਾ ਹੈ, ਆਹ ਦੇਖ ਲਓ ਤੁਸੀਂ, ਕੋਈ ਇੱਦਾਂ ਦੀ ਗੱਲ, ਕੋਈ ਬਾਹਰ ਬਾਜ਼ਾਰ ਦੇ ਵਿੱਚ ਇੱਕ ਸਰਦਾਰ ਫਿਰਦਾ, ਕਿਸੇ ਨੇ ਨਹੀਂ ਪੁੱਛਿਆ ਕਿ ਕੀ ਗੱਲ, ਕਿੱਦਾਂ ਜਿੱਦਾਂ ਵਿਰੋਧ ਚੱਲ ਰਿਹਾ, ਗੱਲਾਂ ਚੱਲ ਰਹੀਆਂ, ਦੇਖੋ ਮੁਹੱਬਤ, ਭਾਈਚਾਰਾ, ਅਮਨ, ਇਹ ਤੋਂ ਇਲਾਵਾ ਕੋਈ ਵੀ ਗੱਲ ਨਹੀਂ ਕਰਦਾ, ਨਾ ਵੀਰ ਜੀ ਹੁਣਾਂ ਨੇ ਕੀਤੀ ਅਤੇ ਨਾ ਅਸੀਂ ਕਰਦੇ ਹਾਂ, ਕਿ ਪਿਆਰ ਦੇ ਕੁਛ ਵੀ ਹੋ ਜਾਏ, ਕੋਈ ਚਾਹੇ ਸਾਡੇ ਕਹਿ ਲਓ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਨ, ਜਾਂ ਉਸ ਤੋਂ ਬਾਅਦ ਸਾਡੇ ਪੀਰ ਪੈਗੰਬਰ, ਜਾਂ ਇਹਨਾਂ ਦੇ ਗੁਰੂ ਸਾਹਿਬਾਨ ਦਾ ਅਗਰ ਕਿਹਾ ਜਾਏ, ਤਾਂ ਸਾਰਿਆਂ ਨੇ ਪੀਸ ਦਾ ਮੈਸੇਜ ਦਿੱਤਾ, ਮੁਹੱਬਤ ਦਾ। ਇਹ ਸਾਡਾ ਰਵਾਇਤੀ ਡਰਾਈ ਫਰੂਟ ਹੈ ਜੀ, ਇਹ ਵੀਰ ਜੀ ਨਾਲ ਜਾਏਗਾ ਜੀ। ਬਹੁਤ ਕੁਛ ਆ, ਡਰਾਈ ਫਰੂਟਸ ਆ ਇੱਥੇ ਦੇ, ਔਰ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਮੈਂ ਕੀ ਕੀ ਕੱਢਾਂ ਤੇ ਕੀ ਕੀ ਦਿਖਾਵਾਂ। ਇਹ ਜੀ ਇਹਦੇ ਵਿੱਚ ਸਾਡੇ ਕੋਲ ਬਹੁਤ ਜ਼ਿਆਦਾ ਸਾਰੀ ਮੂੰਗਫਲੀ ਔਰ ਮਕਈ ਹੈ, ਅਖਰੋਟ ਨੇ, ਵਾਲਨਟਸ ਨੇ, ਇਹ ਬੈਗ ਪੂਰੇ ਭਰੇ ਪਏ ਆ ਜੀ ਸਾਰੇ, ਆਹ ਦੇਖ ਸਕਦੇ ਹੋ ਤੁਸੀਂ, ਅਤੇ ਇਹ ਮੁਹੱਬਤਾਂ ਹੈ, ਪਿਆਰ ਹੈ, ਕਿਉਂਕਿ ਮੇਰੀ ਇਹਨਾਂ ਨਾਲ, ਮੈਂ ਅੱਜ ਫਿਰ ਇੱਕ ਵਾਰੀ ਦੱਸਦਾ ਚੱਲਾਂ ਕਿ ਮੇਰੀ ਸਾਂਝ ਜਿਹੜੀ ਹੈ ਮਲਿਕ ਸਾਹਿਬ ਦੇ ਨਾਲ, ਸਾਡੀ ਚਾਦਰ ਵੰਡੀ ਹੈ ਆਪਸ 'ਚ, ਠੀਕ ਹੈ ਜੀ, ਔਰ ਮੇਰੇ ਇਹ ਭਰਾ ਬਣੇ ਨੇ, ਦੋ ਭਾਈ ਇੱਧਰ ਅਤੇ ਚਾਰ ਲਾਹੌਰ ਹੈ ਮੇਰੇ ਭਾਈ, ਠੀਕ ਹੈ ਜੀ, ਇਹ ਮੁਹੱਬਤ ਜਿਹੜੀ ਹੈ ਸਪੈਸ਼ਲ ਇਹਨਾਂ ਦਾ ਇਜ਼ਹਾਰ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੇਰੀਆਂ ਅੱਖਾਂ 'ਚ ਅੱਥਰੂ ਆ ਰਹੇ ਹੋ। ਜਿਹੜੀ ਚਾਦਰ ਤੁਸੀਂ ਕਿਹਾ ਕਿ ਹੈਗੀ ਆ, ਉਸੇ ਚਾਦਰ 'ਚ ਅੱਜ ਤੁਸੀਂ ਸਾਨੂੰ ਵੀ ਸ਼ਾਮਿਲ ਕਰ ਲਿਆ, ਹਾਂਜੀ, ਔਰ ਇਹ ਚਾਦਰ ਇਹ ਨਹੀਂ ਹੈ ਕਿ ਨਿਸ਼ਾਨ ਸਿੰਘ ਦੇ, ਇਹ ਤੁਸੀਂ ਸਾਰੇ ਸਿੱਖਾਂ ਦੇ ਗੱਲ 'ਚ ਪਾਈ ਆ ਵੀਰੋ। ਇਹ ਜਿਹੜੀ ਹੈ ਚਾਦਰ, ਇਹ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦਾ ਵਾਂ, ਜਿਹੜੇ ਦੇਖ ਰਹੇ ਆ, ਜਿੱਥੇ ਵੀ ਕਦੀ ਕੋਈ ਵੀ ਆਪਣਾ ਵੀਰ ਭਰਾ ਹੋਵੇ ਉਹਨੂੰ ਵੱਧ ਤੋਂ ਵੱਧ ਪਿਆਰ ਦੇਵੋ, ਕੋਸ਼ਿਸ਼ ਕਰੀਏ, ਜਿਹੜੀਆਂ ਨਫ਼ਰਾਂ ਤਾਂ ਫੈਲ ਰਹੀਆਂ ਵਾਂ ਉਹਨਾਂ ਨੂੰ ਆਪਾਂ ਜਿੰਨਾ ਕੁ ਆਪਣੇ ਹੱਥ 'ਚ ਰਹਿ ਕੇ ਅਤੇ ਉਹਨਾਂ ਨੂੰ ਕੰਟਰੋਲ ਕਰਨ ਦੀ ਜਾਂ ਪਿਆਰ ਦਾ ਜਿਹੜਾ ਪੈਗਾਮ ਦੇਣ ਦੀ ਆ, ਇਸ ਤੋਂ ਵੱਧ ਜਿਵੇਂ ਅਸੀਂ ਵੇਖਿਆ ਕਈ ਸਾਲਾਂ ਤੋਂ ਸ਼ਾਹਿਦ ਸ਼ਬੀਰ ਭਾਜੀ ਸਾਨੂੰ ਬਹੁਤ ਕੁਛ ਦੱਸਦੇ ਆ ਰਹੇ ਆ,
ਮੈਂ ਤੇ ਕੋਈ ਬੁਲਾਰਾ ਵੀ ਨਹੀਂ ਕਦੀ ਬੋਲਿਆ ਵੀ ਨਹੀਂ ਆ ਮੈਂ ਤੇ ਤੈਨੂੰ ਪਹਿਲਾਂ ਦੱਸਿਆ ਸੀ ਮੇਰੇ ਕੋਲੋਂ ਵਰਡਸ ਖਤਮ ਹੋ ਗਏ ਸੀ ਅੱਜ ਤੁਸੀਂ ਦੇਖ ਲਿਆ ਕਿ ਜਦੋਂ ਇੱਦਾਂ ਪਿਆਰ ਦਾ ਇਜ਼ਹਾਰ ਹੁੰਦਾ ਵਾ ਅੱਜ ਵੀਰ ਜੀ ਕੋਲੋਂ ਵੀ ਵਰਡਸ ਖਤਮ ਹੋ ਗਏ ਆ ਅਤੇ ਜਿਹੜੀ ਇਹ ਓਵਰਵਾਰਮਿੰਗ ਆ ਜੀ ਸਾਡੇ ਵਾਸਤੇ ਅਤੇ ਅਸੀਂ ਤਾਂ ਬਸ ਮਾੜਾ ਜਿਹਾ ਮਿਲਣ ਆਏ ਸੀਗੇ ਅਤੇ ਇੰਨਾ ਉਹਨਾਂ ਨੇ ਸਾਨੂੰ ਪਿਆਰ ਦਿੱਤਾ ਹਾਂਜੀ ਲਓ ਜੀ ਉਹੀ ਗੱਲ ਹੋਈ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਦਰਵਾਜ਼ਾ ਖੋਲ੍ਹਦੇ ਫਿਰ ਜਾਂਦੇ ਆ ਅੰਦਰ ਅਤੇ ਇੱਕ ਹੋਰ ਚੀਜ਼ ਹੁਣ ਲੈ ਕੇ ਆਏ ਸਾਡੇ ਵਾਸਤੇ ਲਓ ਜੀ ਇਹ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੱਖ ਪੰਥ ਦਾ ਸਨਮਾਨ ਆ ਜੀ ਜੀ ਬਿਲਕੁਲ ਜੀ ਗੁਰੂ ਦਾ ਸਿੱਖ ਜਾਣ ਕੇ ਉਹਨਾਂ ਨੇ ਕਲਮਾ ਲਿਖਿਆ ਪਹਿਲਾਂ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੱਲਾ ਦੁਬਾਰਾ ਪੜ੍ਹ ਠੀਕ ਹੈ ਜੀ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੱਲਾ ਜਿਹੜੀ ਇੱਕ ਤਲਵਾਰ ਹੈ ਉਹਦੇ ਉੱਤੇ ਇਹਨਾਂ ਨੇ ਸ਼ੀਲਡ ਇੱਕ ਪ੍ਰਜੈਂਟ ਕੀਤੀ ਹੈ ਭਾਈ ਜੀ ਨੂੰ ਔਰ ਇਹ ਮੰਨੋ ਵਰਡਸ ਕਿ ਮੈਂ ਇਹਨਾਂ ਦਾ ਇੰਨੇ ਸਾਲਾਂ ਤੋਂ ਭਰਾ ਵਾਂ ਔਰ ਇਹ ਵਾਲੀ ਜਿਹੜੀ ਹੈ ਉਹ ਮੈਨੂੰ ਵੀ ਨਹੀਂ ਮਿਲੀ ਜਿਹੜੀ ਹੈ ਇਹਨਾਂ ਦਾ ਪਿਆਰ ਸੀ ਬਸ ਕੋਈ ਦਿਲ ਹੀ ਹੋਪ ਸੀ ਮੈਨੂੰ ਤੁਸੀਂ ਚੱਕਰਾ ਪੂਰਾ ਦੇ ਦਿੱਤਾ ਜੀ ਸਿਰ ਦੀ ਸਰਦਾਰੀ ਲਾ ਕੇ ਆਪਣੀ ਆਪਣੀ ਸਿਰ ਦੀ ਸਰਦਾਰੀ ਲਾ ਕੇ ਵੀਰ ਜੀ ਨੇ ਜਿਹੜਾ ਆਹ ਚੱਕਰਾ ਜਿਹੜਾ ਦੇ ਦਿੱਤਾ ਉਹਨਾਂ ਨੇ ਕਿਹਾ ਜੀ ਇੱਕ ਨਿਸ਼ਾਨੀ ਜਿਹੜੀ ਹੈ ਇੱਕ ਗੁਰਸਿੱਖ ਵੱਲੋਂ ਉਹ ਤੁਸੀਂ ਸਾਂਭ ਕੇ ਰੱਖਣਾ ਆਪਣੇ ਕੋਲ ਮੈਂ ਇਹਦੀ ਇਹਦੀ ਅਹਿਮੀਅਤ ਮੈਂ ਜਾਣਦਾ ਇਹ ਵਰਡਿੰਗ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੱਜ ਕਿ ਇਹ ਕੀ ਚੀਜ਼ ਭਾਅ ਜੀ ਨੇ ਜਿਹੜੀ ਹੈ ਉਹ ਗਿਫਟ ਕਰ ਦਿੱਤੀ ਹੈ ਬੱਲੇ ਇਹ ਅੱਗੇ ਨੋ ਵਰਡਸ ਵੀਰ ਜੀ ਆਪ ਹੀ ਦੱਸ ਦਵੋ ਤੁਸੀਂ ਹੁਣ ਇਹ ਤੋਂ ਅੱਗੇ ਗੁਰਸਿੱਖ ਇੱਕ ਮੈਂ ਕਹਾਂਗਾ ਮੈਨੂੰ ਮੈਨੂੰ ਰਹਿਤ ਮਰਿਆਦਾ ਦਾ ਪਤਾ ਹੈ ਗੁਰਸਿੱਖੀ ਦਾ ਪਤਾ ਹੈ ਅਤੇ ਆ ਕੋਈ ਆਪਣੇ ਸਿਰ ਤੋਂ ਕੋਈ ਸਰਦਾਰ ਇਹ ਚੀਜ਼ ਲਾ ਕੇ ਨਹੀਂ ਦਿੰਦਾ ਬਸ ਮੈਂ ਇੰਨੀ ਕਹਾਂਗਾ ਆਪਣੇ ਦਿਲ ਨਾਲ ਆਪਣੇ ਸੀਨੇ ਨਾਲ ਲਾ ਕੇ ਇਨਸ਼ਾਅੱਲਾ ਸਾਰੀ ਜ਼ਿੰਦਗੀ ਰੱਖਾਂਗੇ ਜੀ ਬਹੁਤ ਸ਼ੁਕਰੀਆ ਜੀ ਇੱਕ ਵਾਰ ਫਿਰ ਸ਼ੁਕਰੀਆ ਹਾਂਜੀ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ ਕੀਪ ਇਨ ਟੱਚ ਮੁਹੱਬਤਾਂ ਵੰਡੋ ਯਾਰ ਨਫ਼ਰਤ ਬਹੁਤ ਵੱਧ ਰਹੀ ਹੈ ਪਲੀਜ਼ ਮੈਨੂੰ ਅਗਰ ਤੁਸੀਂ ਸਾਰੇ ਪਿਆਰ ਕਰਦੇ ਹੋ ਨਾ ਅਗਰ ਮੈਨੂੰ ਕੋਈ 10 ਸ਼ੇਡਸ ਤੁਸੀਂ ਅਮਨ ਕੇ ਸਫੀਰ ਸ਼ਾਹਿਦ ਸ਼ਬੀਰ ਦੇ ਨਾਮ ਤੋਂ ਦਿੱਤੀਆਂ ਤਾਂ ਦੇਖ ਲਓ ਉਹ ਮੈਸੇਜ ਕਿੱਥੋਂ ਨਿਕਲ ਕੇ ਕਿੱਥੇ ਤੱਕ ਪਹੁੰਚਿਆ USA ਤੋਂ ਟਾਈਟਲ ਮਿਲਿਆ ਸੀ ਫਿਰ ਦਿੱਲੀ ਤੋਂ ਟਾਈਟਲ ਮਿਲਿਆ ਸੀ ਫਿਰ ਉਸ ਤੋਂ ਬਾਅਦ ਆਸਟ੍ਰੇਲੀਆ ਤੋਂ ਵੀ ਮਿਲਿਆ ਭਾਈ ਜੀ ਵੀ ਮੇਰੇ ਲਈ ਲੈ ਕੇ ਆਏ ਜਿਹੜਾ ਟਾਈਟਲ ਅਮਨ ਕੇ ਸਫੀਰ ਸ਼ਾਹਿਦ ਸ਼ਬੀਰ ਦਾ ਲੈ ਕੇ ਆਏ ਫਿਰ ਉਸ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਹੋਰ ਮੇਰੇ ਲਈ ਇੱਕ ਮੈਡਲ ਵੀ ਉਹ ਵੀ ਉਹਦੇ 'ਤੇ ਵੀ ਅਮਨ ਕਾ ਸਫੀਰ ਸ਼ਾਹਿਦ ਸ਼ਬੀਰ ਲਿਖਿਆ ਹੋਇਆ ਸੀ ਮੈਂ ਕਹਾਂਗਾ ਕਿ ਹੁਣ ਤਾਂ ਇੱਦਾਂ ਲੱਗਦਾ ਕਿ ਮੈਨੂੰ ਵਰਡ ਜਿਹੜਾ ਆਪਣਾ ਆਪ ਆਪਣੀ ਜ਼ਾਤ ਛੋਟੀ ਜਿਹੀ ਲੱਗਦੀ ਹੈ ਵਰਡਿੰਗ ਬਹੁਤ ਵੱਡੀ ਲੱਗਦੀ ਹੈ ਅਤੇ ਅਸੀਂ ਮਲਿਕ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਮੀਦ ਨਹੀਂ ਸੀ ਇੰਨੇ ਦੀ ਜਿੰਨਾ ਹੋਇਆ ਇਹ ਤਾਂ ਬਹੁਤ ਬਹੁਤ ਜ਼ਿਆਦਾ ਹੋ ਗਿਆ ਬਹੁਤ ਸ਼ੁਕਰੀਆ ਜੀ ਰੱਬ ਰਾਖਾ ਜੀ ਫਿਰ ਹਾਜ਼ਰ ਹੁੰਦੇ ਹਾਂ ਅਤੇ ਕਿਸੇ ਹੋਰ ਟੋਪਿਕ ਦੇ ਨਾਲ ਲੇਕਿਨ ਹੁਣ ਅੱਜ ਦੀ ਸ਼ਾਮ ਜਿਹੜੀ ਹੈ ਮੈਂ ਕਹਾਂਗਾ ਉਹਨਾਂ ਲੋਕਾਂ ਦੇ ਨਾਮ ਜਿਨ੍ਹਾਂ ਲੋਕਾਂ ਨੇ ਹਜ਼ਾਰਾ ਛੱਡਿਆ ਜਿਨ੍ਹਾਂ ਲੋਕਾਂ ਨੇ ਇਸ ਮਿੱਟੀ ਨੂੰ ਛੱਡਿਆ ਹਵੇਲੀਆਂ ਨੂੰ ਛੱਡ ਕੇ ਗਏ ਅੱਜ ਦਾ ਦਿਨ ਮੈਂ ਉਹਨਾਂ ਲੋਕਾਂ ਦੇ ਨਾਮ ਕਰਾਂਗਾ ਹਰੀਪੁਰ ਹਜ਼ਾਰੇ ਦੇ ਨਾਮ ਡਾਕਟਰ ਹਰਬੰਸ ਲਾਲ ਜੀ ਦੇ ਨਾਮ ਹੋਰ ਜਿੰਨੇ ਵੀ ਪੁਰਾਤਨ ਸਾਡੇ ਭਰਾ ਜਿਹੜੇ ਆ ਪ੍ਰੀ ਪਾਰਟੀਸ਼ਨ ਜਿਹੜੇ ਇੱਥੇ ਜੰਮੇ ਪੱਲੇ ਅੱਜ ਦੁਨੀਆ ਉਹਨਾਂ ਦੇ ਨਾਮ ਦਾ ਢੰਕਾ ਵਜਾਉਂਦੀ ਹੈ ਜਿੱਦਾਂ ਡਾਕਟਰ ਹਰਬੰਸ ਲਾਲ ਜੀ ਦੀ ਗੱਲ ਕੀਤੀ ਹੈ ਪੋਸਟ PhD ਕੀਤੀ ਹੋਈ ਹੈ ਉਹਨਾਂ ਨੇ ਯੂਨੀਵਰਸਿਟੀ ਆਫ ਟੈਕਸਿਸ ਦੇ ਅੰਦਰ ਉਹਨਾਂ ਦੀ ਸਪੈਸ਼ਲ ਇੱਕ ਚੇਅਰ ਹੈ ਅਤੇ ਮੈਂ ਕਹਾਂਗਾ ਕਿ ਮੁਹੱਬਤਾਂ ਅਮਨ ਭਾਈਚਾਰਾ ਵਧਾਉਂਦੇ ਰਹੋ ਔਰ ਇਸ ਮੈਸੇਜ ਨੂੰ ਗਾਂਹ ਦੀ ਗਾਂਹ ਸ਼ੇਅਰ ਕਰਦੇ ਚਲੋ ਮੇਰਾ ਖਿਆਲ ਹੈ ਕਿ ਫਿਰ ਹੀ ਅੱਗੇ ਜਾਏਗਾ ਮਲਿਕ ਸਾਹਿਬ ਜੀ ਅਸੀਂ ਤੁਸਾਂ ਦੀ ਗੱਲ ਨੂੰ ਅੱਗੇ ਚਲਾਵਾਂਗੇ ਜੀ ਸਾਡਾ ਵੀ ਆਲਰੇਡੀ ਪਹਿਲੇ ਵੀ ਇਹੀ ਪੈਗਾਮ ਸੀ ਹੁਣ ਵੀ ਅਸਾਂ ਨੇ ਆਪਣੀ ਵੀਰ ਜੀ ਦੀ ਨਿਸ਼ਾਨ ਸਿੰਘ ਸਰਕਾਰ ਦੀ ਅਸਾਂ ਨੇ ਦਸਤਾਰਬੰਦੀ ਕਰਕੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਅਸੀਂ ਕਿਸੇ ਮਸਲਕਾ ਨਾ ਮੰਨਦੇ
ਸਾਡਾ ਬਸ ਆਪਸ ਵਿੱਚ ਭਾਈਬੰਦੀ ਹੈ ਔਰ ਇਨਸ਼ਾਅੱਲਾ ਇਹ ਭਾਈਬੰਦੀ ਸਾਡੀ ਕੋਸ਼ਿਸ਼ ਹੋਵੇਗੀ ਕਿ ਨਸਲ ਦਰ ਨਸਲ ਚੱਲਦੀ ਰਹੇ। ਸਾਡਾ ਪੈਗਾਮ ਅਮਨ ਹੈ, ਅਸੀਂ ਨਾ ਚਾਹੁੰਦੇ ਕਿ ਕਿਸੇ ਵੀ ਗਲਤ ਫਹਿਮੀ ਵਿੱਚ ਹੋ ਕੇ ਕਿ ਦੂਏ ਨਾਲ ਇਖਤਲਾਫ ਹੋਵੇ। ਅਸੀਂ ਉਸਾਂ ਦੂਰ ਕਰਨ ਦਾ ਅਸਾਂ ਮੈਸੇਜ ਭੇਜਿਆ, ਹਵੇਲੀਆਂ ਦੀ ਤਰਫੋਂ ਭੇਜਿਆ, ਆਪਣੇ ਹਜ਼ਾਰਾ ਦੀ ਤਰਫੋਂ ਭੇਜਿਆ, ਆਪਣੀ ਸਰਾਫਾ ਬਰਾਦਰੀ ਦੀ ਐਜ਼ ਏ ਪ੍ਰੈਜ਼ੀਡੈਂਟ ਸਰਾਫਾ ਐਸੋਸੀਏਸ਼ਨ ਮੈਂ ਇਸ ਗੱਲਾਂ ਦਾ ਇਨਸ਼ਾਅੱਲਾ ਐਲਾਨ ਕਰਨਾ ਕਿ ਸਾਡੇ ਕੋਲ ਵੀਰ ਜੀ ਆਏ, ਸਾਡੀ ਇਹਨਾਂ ਨੇ ਬੜੀ ਇੱਜ਼ਤ ਕੀਤੀ ਹੈ, ਸਾਨੂੰ ਸਾਡਾ ਬੜਾ ਮਾਣ ਵਧਿਆ। ਅਸੀਂ ਆਪਣੀ ਇਸ ਧਰਤੀ 'ਤੇ ਇਹਨਾਂ ਨੂੰ ਅੱਜ ਵੀ ਵੈਲਕਮ ਕਹਿੰਦੇ ਹਾਂ, ਇਹਨਾਂ ਦੀ ਫੈਮਿਲੀ ਨੂੰ ਵੈਲਕਮ ਕਹਿੰਦੇ ਹਾਂ, ਇਹਨਾਂ ਦੇ ਦੋਸਤਾਂ ਨੂੰ ਵੈਲਕਮ ਕਹਿੰਦੇ ਹਾਂ। ਜਿਸ ਵੇਲੇ ਆਉਣ ਜਮ ਜਮ ਆਉਣ, ਅਸੀਂ ਇਨਸ਼ਾਅੱਲਾ ਇਹਨਾਂ ਦੀ ਖਿਦਮਤ ਵਾਸਤੇ ਹਰ ਲਮਹਾ ਲਮਹਾ ਤਿਆਰ ਹਾਂ। ਇਹਨਾਂ ਦਾ ਕੋਈ ਵੀ ਭਾਈ ਆਵੇ ਸਾਡੇ ਸਿਰੇ ਦਾ ਫੁੱਲੇ। ਇੱਕ ਵਾਰ ਫਿਰ ਵੀਰ ਜੀ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਜੀ ਵੈਲਕਮ ਵੈਲਕਮ, ਯੂ ਆਰ ਆਲਵੇਜ਼ ਵੈਲਕਮ ਹੇਅਰ। ਥੈਂਕ ਯੂ ਸਰ, ਥੈਂਕ ਯੂ ਜੀ।